ਹਾਂਜੀ ਬਬੋ ਕਰਦੇ ਆਂ ਸਵਾਗਤ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਵੀਰ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਹਾਲ ਤੇ ਕਰ ਦਿਓ ਸੈੱਟ ਤਾਂ ਕਿ ਤੁਹਾਨੂੰ ਮੇਰੇ ਵੀਡੀਓ ਚਲਦੇ ਮਿਲਦੀਆਂ ਰਹਿਣ ਤੇ ਸਭ ਤੋਂ ਪਹਿਲਾਂ ਸਾਡਾ ਹੈਲਪਲਾਈਨ ਨੰਬਰ ਕਰੋ ਨੋਟੇ ਇਸ ਤੇ ਪੰਜ ਤੋਂ ਸੇ ਫੋਟੋਆਂ ਭੇਜ ਕੇ ਤੁਸੀਂ ਮੈਨੂੰ ਭੇਜ ਕੇ ਕਿਸੇ ਵੀ ਸੰਦੀ ਐਡ ਚੈਨਲ ਤੇ ਲਵਾ ਸਕਦੇ ਹੋ ਤੇ ਅੱਜ ਆਪਾਂ ਤੁਹਾਡੇ ਲਈ ਸੇਲ ਵਾਸਤੇ ਕਾਫੀ ਟਰੈਕਟਰ ਲੈ ਕੇ ਆਏ ਆਂ ਤੇ ਬਈ ਆਪਾਂ ਕੁਝ ਕੁ 10-15 ਕ ਦਿਨਾਂ ਤੱਕ ਰਪਰ ਲਾਈਵ ਕਰਾਂਗੇ ਚੈਨਲ ਤੇ ਉਹਨੂੰ ਵੀ ਜ਼ਰੂਰ ਦੇਖਿਓ ਤੇ ਸੱਤ ਪਲਗਲ ਕਰਦੇ ਆਂ ਆਪਾਂ ਨਿਊ ਹਾਲੈਂਡ ਦੇ 330 ਸਪੈਸ਼ਲ ਐਡੀਸ਼ਨ ਦੀ ਜਿਸ ਦਾ ਵੀ ਉਹ ਮਾਡਲ ਹੈ 2019 ਮਾਡਲ ਹੈ ਟਰੈਕਟਰ ਦਾ ਜਿਹੜੀ ਟਰੈਕਟਰ ਦੀ ਕਾਪੀ ਹੈ ਉਹ ਹੈਗੀ 2020 ਦੀ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੀ ਹੈ ਕੋਈ ਕੰਪੇਸ਼ਨ ਨਹੀਂ ਕੋਈ ਪਾਰਟਸ ਚੇਨ ਨਹੀਂ ਹੋ ਕੋਈ ਰਿਪੇਅਰ ਨਹੀਂ ਪਾਲਦਾ ਪੰਜਾਬ ਨੰਬਰ ਟਰੈਕਟਰ ਹੈ ਤੇ 9095 ਬਹਿ ਹੈ ਟਾਇਰ ਪੈਣੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਕੁੱਲ 450 ਘੰਟੇ ਟਰੈਕਟਰ ਚੱਲਿਆ ਹੋਇਆ ਪ੍ਰੈਸਿੰਗ ਹੋਇਆ ਹੋਇਆ ਫਾਈਬਰ ਹੁੱਡ ਨਾਲ ਆ ਟਰੈਕਟਰ ਦੇ ਬਾਡੀ ਚਾਛ ਦਰੰਗ ਲੀਕਾ ਰੰਗਸਾਰ ਨਾਲ ਦਾ ਇੱਕ ਤੇ ਬਰਸਤਾਰੇ ਫਿਰ ਪੂਰੀ ਸਾਸ ਸੰਭਾਲ ਦੇ ਜੈੱਡ ਰੱਖਿਆ ਗਿਆ ਤੇ ਡੰਡਾ ਡਰਾਵਲ ਨਾਲ ਆ ਟਰੈਕਟਰ ਦੇ ਜਿਹੜਾ ਇਹ ਵਿਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇਚ ਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਹਿਸਾ ਦੇਉ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਈਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 740000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਿਜਾ ਦਿਓ ਤੇ ਮਾਲਕ ਵੀਰ ਹੁਣੀਆਂ ਦਾ ਏਰੀਆ ਹੈਗਾ ਜੋ ਕਿ ਮੋਗਾ ਤੇ ਹੁਣ ਆਪਾਂ ਗੱਲ ਕਰਦੇ ਆ ਅਰਜਨ ਨੋਵੋ 605 ਡੀ ਆਈ ਦੀ ਜਿਸ ਦਾ ਜੋ ਮਾਡਲ ਹੈ 2020 ਮਾਡਲ ਦਾ ਟਰੈਕਟਰ ਦਾ ਜੇ ਆਪਾਂ ਇਹ ਟਾਈਮ ਦੀ ਗੱਲ ਕਰੀਏ 95 96 ਬਹਿ ਟਾਇਰ ਪੈਣੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਹੈਵੀ ਬੰਪਰ ਫਾਈਬਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚਾ ਇਸ ਤਰ੍ਹਾਂ ਲਿੰਕਾਂ ਰੰਗਸਾ ਨਾਲ ਦਾ ਇੱਕ ਤੇ ਬਰਸਤਾ ਨਹੀਂ ਫਿਰ ਆ ਪੂਰੀ ਸਾਹ ਸਮਾਲ ਦੇ ਚੈਟਰ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੋਲੋ ਕੀ ਹੈ ਕੋਈ ਐਮਪੀਸ਼ ਨਹੀਂ ਕੋਈ ਪਾਰਟਸ ਚ ਨਹੀਂ ਹੋਇਆ ਕੋਈ ਬੇਰ ਨਹੀਂ ਪਾਲਦਾ ਫੁੱਲਪ ਦੇ ਕੰਡੀਸ਼ਨ ਦੇ ਉੱਤੇ ਟਰੈਕਟਰ ਪਿਆ ਮਗਲੇ ਟਾਈਮ ਤੇ ਵੇਟਸ ਲੱਗੇ ਹੋਏ ਨੇ ਜਿਹੜਾ ਇਹ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 7,50,000 ਰੁਪਏ ਜੋ ਕਿ ਮੌਕੇ ਦੇ ਥੋੜਾ ਬੋਤੀ ਲੈਸ ਹੋਵੇਗਾ ਤੇ ਪਿਆਬ ਨੰਬਰ ਟਰੈਕਟਰ ਫਰਸਟ ਪਾਰਟੀ ਨਾਵਾ ਟਰੈਕਟਰ ਡਬਲ ਡਿਸਟ੍ਰਿਬਿਊਟਰ ਲੱਗਿਆ ਹੋਇਆ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦਿਓ ਤੇ ਮੋਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਹੁਣ ਆਪਾਂ ਗੱਲ ਕਰਦੇ ਆਂ ਸਵਰਾਜ 855F ਦੀ ਜਿਸ ਦਾ ਇਹ ਮਾਡਲ ਹੈ 2012 ਮਾਡਲ ਦਾ ਟਰੈਕਟਰ ਦਾ ਅੱਜ ਆਪਾਂ ਟਾਇਰ ਦੀ ਗੱਲ ਕਰੀਏ ਬਿਲਕੁਲ ਨਿਊ ਟਰੈਕਟਰ ਦੇ ਟਾਇਰ ਨੇ ਹੈਵੀ ਬੰਪਰ ਹੁੱਡ ਨਾਲ ਆ ਟਰੈਕਟਰ ਦੀ ਬਾਡੀ ਚਾਸ ਦੇ ਰੰਗ ਲਿੰਕਾਂ ਰੰਗ ਸਾਰ ਨਾਲ ਦਾ ਹੈ ਕਿਤੇ ਵਰਸਤਾ ਨੇ ਫਿਰਿਆ ਪੂਰੀ ਸਾਸ ਸੰਭਾਲ ਦੇ ਜੱਡ ਰੱਖਿਆ ਗਿਆ ਤੇ ਪੰਜਾਬ ਨੰਬਰ ਟਰੈਕਟਰ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਕੰਬੇਸ਼ ਨਹੀਂ ਕੋਈ ਪਾਰਟਸ ਨਹੀਂ ਹੈ ਹੋਇਆ ਕੋਈ ਬੇਰ ਨਹੀਂ ਪਾਲਦਾ ਤੇ ਜਿਹੜਾ ਵੀਰਪਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਹਿਸਾ ਦੇਓ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ ਜੋ ਕਿ 445000 ਰੁਪਇਆ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮੋਗਾ ਏਰੀਆ ਮਾਲਕਵੀਰ ਹੁਣੀਆਂ ਦਾ ਤੇ ਹੁਣ ਆਪਾਂ ਗੱਲ ਕਰਦੇ ਆ ਫਾਰਮਟ੍ਰੈਕ 6055 ਸੁਪਰ ਮੈਕਸ ਦੀ ਜਿਸ ਦਾ ਜੋ ਮਾਡਲ ਹੈ 2016 ਮਾਡਲ ਦਾ ਟਰੈਕਟਰ ਦਾ ਜੇ ਆਪੇ ਟਾਈਮ ਦੀ ਗੱਲ ਕਰੀਏ 6070 ਰੁਪਏ ਹੈ ਟਾਇਰ ਪੈਣ ਨਾਲ ਦੇ ਟਾਇਰ ਨੇ ਟਰੈਕਟਰ ਦੇ ਹੈਵੀ ਬੰਪਰ ਲੱਗਿਆ ਹੋਇਆ ਹੈ ਤੇ ਬਾਡੀ ਚਾਸਿਸ ਦਰੰਗ ਲਿੰਕਾ ਰੰਗ ਨਾਲ ਦਾ ਇੱਕ ਤੇ ਬੁਰਸਤਣੀ ਫਿਰਿਆ ਪੂਰੀ ਸ਼ਾਸਮਾਲ ਦੇ ਜੈਡ ਰੱਖਿਆ ਗਿਆ ਹੈ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟਸ ਨਹੀਂ ਹੋਇਆ ਉਹ ਕੋਈ ਬੇਰ ਨਹੀਂ ਪਾਲ ਦਾ ਡੰਡਾ ਡਰਾਵਲ ਨਾਲਾ ਟਰੈਡ ਦੇ ਅਗਲੇ ਟਾਈਨ ਦੇ ਮਗਰਾੜ ਚੜੇ ਹੋਏ ਨੇ ਤੇ ਪ੍ਰੈਸਟੇਜ ਹੋਇਆ ਹੋਇਆ ਟਰੈਕਟਰ ਜਿਹੜਾ ਇਹ ਵੀਰਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰ ਕਰੈਕਟਰ ਖੀਸਾਦੇ ਹਾਂ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 525000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਰੈਕਟਰ ਖੀਸਾਦੇ ਹੋ ਤੇ ਸਮਰਾਲਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਬਈ ਅੱਜ ਤੋਂ ਹਰ ਰੋਜ਼ ਵੀਡੀਓ ਚੈਨਲ ਤੇ ਆਇਆ ਕਰਨਗੀਆਂ ਤੇ ਕੋਈ ਵੀ ਵੀਡੀਓ ਮਿਸ ਨਹੀਂ ਹੋਊਗੀ ਤੇ ਹੁਣ ਆਪਾਂ ਗੱਲ ਕਰਦੇ ਆ ਸਵਰਾਜ 855F ਇਹ ਦੀ ਦੇਖਦਾ ਇਹ ਮਾਡਲ ਹੈ 2018 ਮਾਡਲ ਟਰੈਕਟਰ ਦਾ ਜੇ ਆਪਾਂ ਇਹ ਟਾਈਮ ਦੀ ਗੱਲ ਕਰੀਏ 8590 ਬਹਿ ਟਾਇਰ ਪੈਣੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਹੈਵੀ ਬੰਪਰ ਨਾਲ ਟਰੈਕਟਰ ਦੇ ਪੰਜਾਬ ਨੰਬਰ ਟਰੈਕਟਰ ਹੈ ਤੇ ਮਗਲੇ ਮਰਾਟਾਂ ਟੇਪਿੰਗ ਹੋਈ ਹੋਈ ਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਆ ਕੋਈ ਗੈਂਬੇਸ ਨਹੀਂ ਕੋਈ ਪਾਰਟਸ ਚੇ ਨਹੀਂ ਹੋਇਆ ਹੋਇਆ ਕੋਈ ਰਿਪੇਅਰ ਨਹੀਂ ਪਾਲ ਦਾ ਟਰੈਕਟਰ ਫੁੱਲ ਵਧੀਆ ਕੰਡੀਸ਼ਨ ਦੇ ਵਿੱਚ ਪਿਆ ਹੈ ਜਿਹੜਾ ਇਹ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਾਨ ਹੋਵੇ ਬਾਕੇ ਚਲਾ ਕੇ ਟਹਿਰ ਡਰਾਈਵ ਕਰਕੇ ਟਰੈਕਟਰ ਖਰੀਦ ਸਕਦੇ ਹੋ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਰਡ ਰੱਖੀ ਗਈ ਹੈ 4,70,000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਬਠਿੰਡਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਹੁਣ ਆਪਾਂ ਗੱਲ ਕਰਦੇ ਆ ਸੋਨਾ ਲੀਕਾ 35 DI ਦੀ ਜਿਸ ਦਾ ਇਹ ਮਾਡਲ ਹੈ 2007 ਮਾਡਲਾ ਟਰੈਕਟਰ ਦਾ ਜੇ ਆਪਾਂ ਇਹ ਟਾਈਮ ਦੀ ਗੱਲ ਕਰੀਏ 70 ਪੈਸੇ ਰਹਿਦੇ ਟਾਇਰ ਪਏ ਨੇ ਤੇ ਹੈਵੀ ਬੰਪਰ ਨਾਲ ਟਰੈਕਟਰ ਦੇ ਬਾਡੀ ਚਾਸਿਸ ਦਰੰਗ ਲਿੰਕਾਂ ਰੰਗਸ ਨਾਲ ਦਾ ਇੱਕ ਤੇ ਬੁਰਸ਼ ਤਾਂ ਨਹੀਂ ਫਿਰਿਆ ਪੂਰੀ ਸਾਸਮਹਾਲ ਦੇ ਵਿੱਚ ਐਟ ਰੱਖਿਆ ਗਿਆ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਓਕੇ ਹੈ ਕੋਈ ਗੰਬੇਸ਼ ਨਹੀਂ ਕੋਈ ਪਾਰਟ ਚੇਂਜ ਨਹੀਂ ਹੋਇਆ ਹੋ ਕੇ ਰਿਪੇਅਰ ਨਹੀਂ ਪਾਲਦਾ ਫੁੱਲਪ ਦੇ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜਿਹੜਾ ਵੀਰਪੁਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਵੇਚਾ ਦੇਓ ਜੇ ਆਪੇ ਹੀ ਡਿਮਾਂਡ ਦੀ ਗੱਲ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 230000 ਰੁਪਇਆ ਜੋ ਕਿ ਮੌਕੇ ਤੇ ਥੋੜਾ ਬਹੁਤ ਹੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਰੈਟਰ ਰੀਸਾ ਦਿਓ ਤੇ ਮਾਨਸਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਬਾਬਾ ਕਰਦੇ ਆ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਵੀਰ ਭਰਾ ਆਪਣੇ ਚੈਨਲ ਤੇ ਨਮਾ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨਾਲ ਲੱਗੇ ਘੰਟੀ ਦੇ ਆਪਸ਼ਨ ਨੂੰ ਹਾਲ ਤੇ ਕਰ ਦਿਓ ਸੈੱਟ ਤਾਂ ਕਿ ਸੋ ਨਵੇਂ ਨਵੇਂ ਵੀਡੀਓ ਚੈਨਲ ਤੇ ਮਿਲਦੀਆਂ ਰਹਣ ਧੰਨਵਾਦ ਜੀ ਸਤਿ ਸ੍ਰੀ ਅਕਾਲ